ਵੈਲਕਮ ਦੋਸਤੋ, ਉਮੀਦ ਕਰਨੇ ਹਾਂ ਠੀਕ ਠਾਕ। ਗੁੱਸੋ ਦਾਸ ਨਾਲ ਨੁਮਾਨ ਸਾਹਿਬ ਮੌਜੂਦ ਹਨ, ਬੜੇ ਹੈਵੀ ਡਰਾਈਵਰ ਵੀ ਹੈ, ਮਗਰ ਇਹਨਾਂ ਕੀ ਗੁੱਸਾ ਤੱਕਣਾ ਹੀ ਚੜੀ ਜਾਣਾ। ਇਹਨਾਂ ਨੇ ਜਿਹੜੇ ਕੱਲ੍ਹ ਪਰਸੋਂ ਕੋਈ ਗੇਮ ਪਈ, ਉਹ ਕਿਆ ਬਾਈ ਨਾ ਕਿਆ ਬੰਦਾ ਕੋਈ ਤੱਕਣਾ ਪਿਆ ਸੀ, ਇਹਨਾਂ ਟੱਕਰ ਮਾਰ ਛੋੜੀ। ਨੁਮਾਨ ਸਾਹਿਬ ਆ, ਹੁਣ ਤਾਂ ਤੁਸੀਂ ਬਦਾਮ ਚਾਬੀ ਖਾਣੇ, ਇਹ ਬਦਾਮ ਤਾਕਤਵਾਰ ਤਾਂ ਨਹੀਂ ਹੋਣੇ ਹੈ? ਇਹ ਕਿਆ ਚੱਕਰ ਵਾਲਾ ਨੁਮਾਨ ਸਾਹਿਬ, ਕਿਸੇ ਕਿਆਂ ਮਾਰੀ ਇਹ ਟੱਕਰ ਵਾਲਾ ਬੰਦੇ ਕੀ? ਕਿਆ ਹੋਇਆ ਕਿਆ ਹੋਇਆ? ਸੱਚੀ ਗੱਲ, ਤੱਕਣੇ ਨਾਲ ਗੁੱਸਾ ਚੜਿਆ ਜਾਏਗਾ। ਮੈਂ ਸੁਣਿਆ ਜੀ ਨੁਮਾਨ ਸਾਹਿਬ ਕੀ ਬੰਦਾ ਤੱਕਣਾ ਸੀ, ਨੁਮਾਨ ਸਾਹਿਬ ਟੱਕਰ ਮਾਰੀ। ਇਹ ਕੰਮ ਚੰਗਾ ਨਹੀਂ, ਘੋਲ ਮਸੀਦ ਚੰਗਾ ਨਹੀਂ, ਮੁਸਲਮਾਨ ਕੌਮ ਕੀ ਭੁੱਲਣਾ ਵੀ ਨਹੀਂ ਚਾਹੀਦਾ। ਮੁਸਲਮਾਨ ਸਾਰੇ ਭਰਾ, ਤੁਸੀਂ ਭਰਾ ਹੋ, ਤੁਸੀਂ ਅਜ਼ੀਜ਼ ਹੋ, ਮੈਂ ਤੁਸਾਂ ਕੀ ਰਿਕੁਐਸਟ ਕਰਨਾ, ਭੁੱਲਣਾ ਨਹੀਂ ਚਾਹੀਦਾ। ਕਿਆ ਮਹਿਸੂਸ ਕੀਤਾ ਜਦੋਂ ਉਸ ਬੰਦੇ ਤੁਸਾਂ ਕੀ ਟੱਕਿਆ, ਤਾਂ ਤੁਸੀਂ ਕਿਆ ਆਖਿਆ ਜੇ ਭੁਰੀ ਤਾਂ ਤੱਕਣਾ ਜਾਂ ਕਿਆ ਵਜ੍ਹਾ? ਬੋਲੀ ਵੀ ਜੋੜਾਂ ਜੀ ਨੁਮਾਨ ਜੀ, ਇੱਥੇ ਬੋਲਣਾ ਹੀ ਕੌਣ ਹੁੰਦਾ ਹੈ? ਇਵੇਂ ਵਾਹ ਮਿਕੀ ਪੁੱਛੀ ਨਾ ਨੁਮਾਨ ਨੇ, ਵੀਡੀਓ ਦਾ ਤੁਸੀਂ ਚੜ੍ਹੀ ਆ ਘੋ ਲੈ ਲਈ, ਨੁਮਾਨ ਬੋਲਣਾ ਨਹੀਂ ਪਿਆ, ਬਦਾਮ ਖੜਾ। ਅੱਛਾ, ਅਈਆਂ ਡਿੰਗੀ ਅੱਖਣਾ ਤੱਕਣਾ ਸੀ ਜਾਂ ਆਈਆਂ ਖੋਰੀ ਅੱਖਣ ਵਾਲ? ਡਿੰਗੀ ਅੱਖਣਾ। ਤੁਸਾਂ ਨੇ ਕੋਈ ਜ਼ਾਤੀ ਉਸਨੇ ਕੋਈ ਪ੍ਰੋਬਲਮ ਘੋਲ ਪੇੜ? ਅਤੇ ਫਿਰ ਕਿਆ ਕੀਤਾ? ਫਿਰ ਚੰਗੀ ਗੱਲ ਨਹੀਂ ਘੋਲ ਪਿਆ। ਅੱਛਾ, ਉਹ ਦੂਈ ਗੋਡੀ ਕਰਨਾ ਸੀ, ਅਤੇ ਤੁਸਾਂ ਕਿਆ ਕੀਤਾ? ਆਪਣੀ ਗੋਡੀ ਕਰੀ ਛੱਡੀ? ਨਹੀਂ, ਮੈਂ ਆਪਣੀ ਗੱਡੀ ਪਕੜਾਂ, ਤੁਸਾਂ ਨਹੀਂ ਪਕੜਾਂ? ਮਾਰੇ ਕੋਲੋਂ ਗਲਤੀ ਹੋਈ, ਤੁਸਾਂ ਨੂੰ ਗਲਤੀ ਹੋਈ। ਇਹ ਕੰਮ ਜਿਹੜਾ ਕੀਤਾ ਹੈ ਇਹ ਨਹੀਂ ਚੰਗਾ, ਨਹੀਂ ਚੰਗਾ। ਤਾਂ ਅੱਜ ਦਾ ਕੰਮ ਇਹ ਕਰ ਸੋਚਿਆ, ਬਿਲਕੁਲ ਮਾਫ਼ੀ ਤਲਾਫੀ, ਮਾਫ਼ੀ ਤਲਾਫੀ। ਤੁਸੀਂ ਡਰਾਈਵਰ ਹੋ, ਤੁਸਾਂ ਕੋਲ ਜਨਾਬ 18 ਬੰਦੇ ਬੈਠੇ ਹੋਣੇ ਨੇ। ਅਗਰ ਤੁਸੀਂ ਕੋਈ ਗੁੱਸਾ ਨੁਮਾਨ ਜੀ ਚੜ੍ਹਨਾ ਆ, ਤੁਸੀਂ ਗੱਡੀ ਕੀ ਛੰਡੀ ਦਾ ਗੇਅਰ ਲਾਉਣੇ ਹੋ, ਤਾਂ ਜਿਹੜੇ ਪਿੱਛੇ 18 ਉਹ ਵੀ ਤਾਂ ਤੁਸਾਂ ਅੰਡਰ ਨਾ। ਕੁਸਾ ਵਿਚਾਰ ਰੋਜ਼ੀ ਪਰ ਜਾਣਾ, ਕੋਈ ਭੈਣਾਂ ਭਰਾਵਾਂ ਨੇ ਮਿਲਣ ਜਾਣਾ, ਕੋਈ ਵਿਚਾਰਾ ਦਿਹਾੜਾ ਲਾਓ ਸੀ, ਉਹ ਤੁਸੀਂ ਕੁਸਾ ਇਕੱਠੇ ਉਹ ਜਾਂ ਮੋੜਾ ਬਰੋ ਬੁਣ ਸੱਟੀ ਹੋ, ਤਾਂ ਫਿਰ ਕਿਆ ਬਣ ਸੀ? ਨੁਕਸਾਨ ਹੈ ਨਾ, ਮਾਲਕਾਂ ਨੁਕਸਾਨ ਹੈ। ਅੱਜ ਤਾਂ ਤੁਸੀਂ ਭਰਾ ਆਇਓ, ਮੈਂ ਆਪਣੀ ਪਕੜਾਂ ਤੁਹਾਡੀ, ਤੁਸੀਂ ਪੋੜੋ ਮਾੜੀ। ਤੁਸੀਂ ਜਿਹੜਾ ਇਹ ਲੇਲੇ ਵਾਲੇ ਸਿੰਘ ਆਈ ਹੈ ਟੱਕਰ ਮਾਰੀ ਹੈ, ਤੁਸੀਂ ਇਹ ਅੰਦਾਜ਼ ਨਹੀਂ ਕਰਨਾ। ਅੱਜ ਦਾ ਰਿਕਾਰਡ ਹੈ ਇਹ, ਤੁਸੀਂ ਮਰਜ਼ੀ ਨਾਲ ਵੀਡੀਓ ਬਣਾਈ ਹੈ ਨਾ, ਇਹ ਨਾ ਕੋਈ ਪਿੱਛੋਂ ਬੰਦਾ ਆ ਗਿਆ ਡਾਕਟਰ ਨੁਮਾਨ ਡੱਕੀ ਦਾ ਬਣਾਈ ਆ। ਤੁਸੀਂ ਮਾੜੇ ਭਰਾ ਹੋ, ਗਰੀਬ ਆਦਮੀ ਹੋ, ਮਾੜੀ ਵੀ ਦਾੜੀ ਚਿੱਟੀ ਹੋਈ, ਤੁਸੀਂ ਸਾਰੀ ਕਾਲੀ ਹੈ, ਕਲਰ ਤਾਂ ਨਾ ਲਾਉਣੇ। ਆ ਤਾਂ ਫਿਰ ਥੋੜ੍ਹਾ ਜਿਹਾ ਧਿਆਨ ਕਰੋ, ਮਾੜੇ ਚਿੱਠਾਂ ਦਾ ਖਿਆਲ ਰੱਖਣਾ ਆ। ਇਹ ਨੁਮਾਨ ਸਾਹਿਬ ਜੀ ਐਵੇਂ ਬੈਠੇ ਸਨ, ਕਾਫੀ ਸਾਹਿਬ ਬੜੇ ਭਰਾ ਮਾੜੇ ਦੋਸਤ ਹਨ, ਤਾਂ ਪੂਰੀ ਜਿਹੜੀ ਡਰਾਈਵਰ ਯੂਨੀਅਨ ਹੈ ਸਾਰੇ ਵਿਚਾਰੇ ਇਸ ਬੰਦੇ ਦੀ ਤਾਰੀਫ ਕਰਦੇ ਹਨ, ਮਗਰ ਕੋਈ ਪਤਾ ਨਹੀਂ ਕਿਆ ਜਾਣਾ ਜਾਣਾ। ਅੱਜ ਤਾਂ ਇਸ ਬੰਦੇ ਆਖਿਆ ਕੁਸਾ ਨਾਲ ਨਹੀਂ ਘੁੱਲਾਂ, ਬਿਲਕੁਲ ਨਹੀਂ ਘੁੱਲਾਂ, ਗੁੱਸਾ ਆਈ ਕਿੱਥੋਂ ਜਾਣਾ ਜਾਂਦਾ? ਬਸ ਗੁੱਸਾ ਬਦਾਮ ਬਸ ਯਾਰ, ਅੱਲਾ ਵਾਲਾ ਨਾਂ ਆ, ਜਿਹੜੇ ਅਸੀਂ ਕੀ ਤੱਕਣੇ ਆ, ਘੁੱਲਣਾ ਨਹੀਂ ਚਾਹੀਦਾ। ਗੁੱਸਾ ਅੱਛਾ ਤਾਂ ਪੀ ਜੋ, ਹੋਰ ਬੜੇ ਮਾਮਲਾਤ ਹੋਣੇ ਜਿਹੜੇ ਅਸੀਂ ਵੀਡੀਓ ਤੱਕ ਸੀ। ਅਸਾਂ ਲੇਡੀਜ਼ ਖਵਾਤੀਨ ਭੈਣਾਂ ਭਰਾ ਜਿਹੜੇ ਵੀ ਆ, ਸਾਰਿਆਂ ਕੀ ਰਿਕੁਐਸਟ ਕਰਨੇ ਆ, ਗੁੱਸਾ ਆਰਾਮ ਹੈ। ਇਹ ਨੁਮਾਨ ਸਾਹਿਬ ਤੋਂ ਬੜੇ ਪਿਆਰੇ ਦੋਸਤ ਨੂੰ ਬੈਠੇ ਆ, ਗੱਪ ਸ਼ੱਪ ਲਾਈ, ਚਿੜਾ ਡੰਗਾਰ ਭੁੱਗੋ ਤੋਂ ਤਿਆਰ। ਨੁਮਾਨ ਸਾਹਿਬ ਆਇੰਦਾ ਨਹੀਂ ਖੁੱਲਾਂ, ਇਹ ਦੋਈ ਆ, ਆਪਣਾ ਮਾਂ ਪਿਓ ਨਾਲ ਤੱਕੋ, ਭੈਣਾਂ ਭਰਾ ਤੱਕੋ, ਸਾਰੇ ਪਰੇਸ਼ਾਨ, ਤੁਸੀਂ ਵੀ ਪਰੇਸ਼ਾਨ, ਅਸ ਵੀ ਪਰੇਸ਼ਾਨ, ਤਾਂ ਲਿਹਾਜ਼ਾ ਆਇੰਦਾ ਬਦਾਮ ਰੱਜੀ ਦਾ ਖਾਓ, ਖਾਓ ਪੀਓ ਚੰਗਾ, ਘੁੱਲਣਾ ਨਹੀਂ, ਉਹ ਨਾੜ ਹੀ ਕੱਢੀ ਛੋੜੋ, ਉਹ ਹਸੋ ਹਸ। ਠੀਕ ਹੈ ਜੀ ਦੋਸਤੋ, ਨੁਮਾਨ ਸਾਹਿਬ ਬੜੇ ਪਿਆਰੇ ਦੋਸਤ ਹੁੰਦਾ, ਅੱਜ ਤਾਂ ਗੱਪ ਸ਼ੱਪ ਹੋਈ, ਯਾਰ ਜਿੰਦਾ ਦਾ ਸੋਬਤ ਬਾਕੀ।